ਜ਼ਿਲ੍ਹਾ ਰੋਪੜ ਦੇ ਕਸਬਾ ਬੇਲਾ ਦੇ ਨੇੜੇ ਜੰਗਲਾਤ ਵਿਭਾਗ ਦੀ ਜ਼ਮੀਨ ਦੇ ਉੱਤੇ ਕਈ ਸਾਲਾਂ ਤੋਂ ਕੀਤੇ ਜਾ ਰਹੇ ਨਜਾਇਜ਼ ਕਬਜ਼ੇ ਛੁਡਵਾਉਣ ਦੇ ਲਈ ਜੰਗਲਾਤ ਵਿਭਾਗ ਦੇ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਜੰਗਲਾਤ ਵਿਭਾਗ ਭਾਰੀ ਪੁਲਿਸ ਫੋਰਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਕਾਰਖਾਨਾ ਬੇਲਾ ਦੇ ਵਿੱਚ ਸਥਿਤ ਨਾਜਾਇਜ਼ ਕਬਜ਼ੇ ਵਾਲੀ ਜ਼ਮੀਨ ਦੇ ਉੱਤੇ ਪਹੁੰਚਿਆ, ਜਿਸ ਦੌਰਾਨ ਅਧਿਕਾਰੀਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਪਰੰਤੂ ਜੰਗਲਾਤ ਵਿਭਾਗ ਨੂੰ ਆਪਣੀ ਜ਼ਮੀਨ ਦੀ ਸਹੀ ਨਿਸ਼ਾਨਦੇਹੀ ਨਾ ਹੋਣ ਕਰਕੇ ਦੇਰ ਸ਼ਾਮ ਤੱਕ ਪਟਵਾਰੀ ਅਤੇ ਕਨਗੋ ਜ਼ਮੀਨ ਦੀ ਨਿਸ਼ਾਨਦੇਹੀ ਦੇ ਵਿੱਚ ਲੱਗੇ ਰਹੇ। ਮੌਕੇ ਦੇ ਉੱਤੇ ਕਬਜ਼ਾ ਦਬਾਉਣ ਪਹੁੰਚੇ ਨਾਇਬ ਤਹਿਸੀਲਦਾਰ ਸਤਿੰਦਰ ਸਿੰਘ ਰਣੀਕੇ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਜਾ ਰਹੀ ਹੈ ਅਤੇ ਮੌਕੇ ਦੇ ਉੱਤੇ ਮੌਜੂਦ ਜ਼ਿਲ੍ਹਾ ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਉਹ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਕਬਜ਼ੇ ਦੇ ਵਿੱਚ ਲੈਣ ਦੇ ਲਈ ਪਹੁੰਚੇ ਨੇ ਅਤੇ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਪਲਾਂਟੇਸ਼ਨ ਕਰਵਾ ਰਹੇ ਨੇ। ਉਨ੍ਹਾਂ ਕਿਹਾ ਕਿ ਕਿਸੇ ਨਾਲ ਕੋਈ ਵੀ ਧੱਕਾ ਨਹੀਂ ਕੀਤਾ ਜਾ ਰਿਹਾ। ਮੇਰਾ ਨਾਮ ਬਲਦੇਵ ਸਿੰਘ ਹੈ ਤੇ ਜਿਹੜਾ ਇੱਥੇ ਰੌਲਾ ਪੈ ਰਿਹਾ, ਕੀ ਗੱਲ ਦਾ ਰੌਲਾ ਪੈ ਰਿਹਾ? ਰੌਲਾ ਕੀ ਪੈ ਰਿਹਾ? ਜ਼ਮੀਨ ਜ਼ਿਮੀਦਾਰਾਂ ਨੇ ਬੜੇ ਮੁਸ਼ਕਲ ਨਾਲ ਪੱਟ ਪੁੱਟ ਕੇ ਬਣਾਈ ਹੈ, ਹੁਣ ਮਹਿਕਮੇ ਵਾਲੇ ਆ ਕੇ ਧੱਕੇ ਨਾਲ ਵਾਹਣ ਲੱਗ ਗਏ ਹੈ। ਇਹ ਜ਼ਮੀਨ ਸਾਡੀ ਹੈ, ਇਹ ਜਾਂ ਤਾਂ ਇਹਨਾਂ ਨੂੰ ਕੋਈ ਨਾ ਕੋਈ ਕਿਤੇ ਵਾਹਣ, ਇਹਨਾਂ ਨੂੰ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਹੈਗੀ, ਜਿਨ੍ਹਾਂ ਨੇ ਪੱਟ ਕੇ ਬਣਾਈ ਹੈ, ਕਾਹੀ ਏਡੀ ਏਡੀ ਜੰਗਲਾਂ ਦੇ ਵਿੱਚ ਵਾਹ ਵਾਹ ਕੇ ਇਹਨਾਂ ਨੂੰ ਕਰਿਆ ਠੀਕ, ਹੁਣ ਉਹਨਾਂ ਨੂੰ ਕਿਤੇ ਹੋਰ ਦੇਣ, ਬਾਹਰ ਕੱਢਣ ਕਿਤੇ। ਕਿੰਨੇ ਸਾਲ ਤੋਂ ਕਬਜ਼ੇ ਇਹਨਾਂ ਦਾ? ਇਹ 50 ਸਾਲ ਤੋਂ ਹੋ ਗਏ ਨੇ ਪਿਓ ਦਾ। ਨਹੀਂ, ਮਹਿਕਮੇ ਵਾਲੇ ਦਾ ਜਿਹੜੇ ਕਾਗਜ਼ ਚੱਕੀ ਫਿਰਦੇ, ਉਹ ਕਹਿੰਦੇ ਸਾਡਾ ਹੈਗਾ, ਤੁਹਾਡੇ ਕੋਲ ਕੋਈ ਕਾਗਜ਼ ਹੈਗੇ ਵੀ ਤੁਹਾਡੀ ਜ਼ਮੀਨ ਹੈ? ਨਹੀਂ, ਮਹਿਕਮੇ ਵਾਲੇ ਦਾ ਹੀ ਹੈ, ਭਾਵੇਂ ਪਹਿਲਾਂ ਕਿੱਥੇ ਗਏ ਸੀ ਜਦੋਂ ਇਹਨਾਂ ਬਣਾਉਣੀ ਸੀ, ਜਦੋਂ ਜੰਗਲ ਸੀ ਉਦੋਂ ਕਿੱਥੇ ਗਏ ਸੀ? ਉਦੋਂ ਪੱਟ ਕੇ ਬਣਾਉਂਦੇ, ਹੁਣ ਵਗਣ ਲੱਗ ਗਈ ਹੈ, ਵਾਹੀ ਚੋਗੀ ਹੋ ਗਈ, ਹੁਣ ਇਹਨਾਂ ਨੇ ਕਬਜ਼ਾ ਕਰ ਲਿਆ ਕੇ ਜੀ ਸਾਡੀ ਹੈ। ਇਹਨਾਂ ਨੂੰ ਕਿਤੇ ਪਾਓ ਫਿਰ, ਜਿਹੜੀ ਇੰਨੀ ਇੰਨੀ ਪਬਲਿਕ ਕਿੱਥੇ ਜਾਏਗੀ? ਮਤਲਬ ਤੁਹਾਡਾ ਕਹਿਣਾ ਇਹਨਾਂ ਨੇ ਫਿਰ ਅੱਤਵਾਦੀ ਬਣਨਾ, ਸਾਰਾ ਕੁਝ ਬਣਨਾ ਇਹਨਾਂ ਨੇ ਫਿਰ? ਇਹ ਤਾਂ ਬਣਨਗੇ ਕਿਤੇ ਨਾ ਕਿਤੇ, ਜਦੋਂ ਇਹਨੂੰ ਭੁੱਖੇ ਮਰਦੇ ਕੁਛ ਨਾ ਕੁਛ ਤੇ ਕਰਨਗੇ। This is we are driving to find area as according to record here the forest department ka ownership is there and good cast ownership is good cast forest department and we are touching only those areas and the whole area we are going to do demarcation and plantation, that is our only aim here. We are not doing any other thing, we are not actually removing people unnecessarily, we are going as per round the permits area has been identified, only when we demarcate we get to know the actual area. ਡਿਮਾਰਕੇਟ ਕਰਨ ਲੱਗੇ ਹਾਂ ਪ੍ਰੋਪਰਟੀ, ਜਿਹੜੀ ਸਾਰੀ ਜ਼ਮੀਨ ਹੈ ਜਿਹੜੀ ਖੇਵਟ ਦੇ ਅੰਦਰ ਹੈ, ਕਿੰਨੀ ਜ਼ਮੀਨ ਹੈ ਜਿਹੜੀ ਟੋਟਲ ਡਿਮਾਰਕੇਟਿੰਗ ਏਰੀਆ, ਫਿਰ ਉਸ ਤੋਂ ਬਾਅਦ ਅਸੀਂ ਜਦੋਂ ਵਾਂਸ ਸਾਰੀ ਇੰਟਾਇਰ ਲੈਂਡ ਡਿਮਾਰਕੇਟ ਹੋ ਜੂਗੀ, ਫਿਰ ਉਸ ਤੋਂ ਬਾਅਦ ਫੋਰੈਸਟ ਵਾਲਿਆਂ ਨੂੰ ਪੁੱਛਾਂਗੇ ਕਿ ਇਹਨਾਂ ਦਾ ਕਬਜ਼ਾ ਕੀ ਹੈ। ਨਹੀਂ, ਆਰਡਰ ਨਹੀਂ ਹੈ ਸੱਚ ਐਸਾ, ਕਿ ਇਹਨਾਂ ਨੇ ਇਹੀ ਕਿਹਾ ਕਿ ਜਿਹੜੀ ਸਾਡੀ ਜ਼ਮੀਨ ਹੈ ਉਹ ਸਾਰੀ ਨਜਾਇਜ਼ ਕਬਜ਼ੇ ਅਧੀਨ ਹੈ। ਅਤੇ ਸਰ ਇੱਕ ਦੱਸਿਓ, ਜਾਣਕਾਰੀ ਜੋ ਪਹਿਲਾਂ ਜੰਗਲ ਸੀਗਾ ਉਦੋਂ ਤੁਸੀਂ ਕਿਉਂ ਨਹੀਂ ਕਬਜ਼ਾ ਕੀਤਾ? ਹਾਂਜੀ, ਜਦੋਂ ਪਹਿਲਾਂ ਹੱਥ ਦਾ ਮਹਿਕਮੇ ਨੇ ਕਰਾਉਣਾ ਸੀ, ਮਹਿਕਮੇ ਦਾ ਕੰਮ ਹੈ। ਹਾਂਜੀ, ਅਤੇ ਅਜੇ ਵਾਹੀ ਜੋ ਵੀ ਜ਼ਮੀਨ ਆ ਤੁਸੀਂ ਤੇ ਕਬਜ਼ਾ ਕਰ ਰਹੇ ਹਾਂ, ਕਿਉਂ ਇਹਨਾਂ ਨੂੰ ਕੁਛ ਮਤਲਬ ਗਾਹ ਜ਼ਮੀਨ ਦੇਣੀ ਹੈ ਜਾਂ ਕੀ ਕਰਨਾ? ਅਸੀਂ ਆਪਣੇ ਮਾਨਯੋਗ ਡਿਪਟੀ ਸਾਹਿਬ ਕਮਿਸ਼ਨਰ ਸਾਹਿਬ ਦੇ ਹੁਕਮਾਂ ਦੇ ਤਾਬੇ ਆਏ ਹਾਂ ਜੀ, ਉਹਨਾਂ ਦੇ ਜਿੱਦਾਂ ਸਾਨੂੰ ਆਰਡਰ ਹੋਣਗੇ ਅਸੀਂ ਤੁਹਾਡੇ ਨਹੀਂ ਆਉਣਾ। ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ।